ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਮਨਸਈਆ ਫਰੋਮ ਐਡੀ ਕ੍ਰੀਏਸ਼ਨਸ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਐਡੀ ਕ੍ਰੀਏਸ਼ਨਸ ਲੁਧਿਆਣਾ 'ਤੇ ਸਵਾਗਤ ਕਰਦੀ ਹਾਂ। ਹੋਪ ਤੁਸੀਂ ਸਾਰੇ ਬਹੁਤ ਅੱਛੇ ਹੋਵੋਗੇ, ਤੰਦਰੁਸਤ ਹੋਵੋਗੇ। ਪਰਮਾਤਮਾ ਕਰੇ ਸਭ ਤੰਦਰੁਸਤ ਰਹੋ, ਖੁਸ਼ ਰਹੋ। ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਸਿਰਫ ਤੁਹਾਨੂੰ ਹੈਂਡ ਪੇਂਟਡ ਸੂਟ ਦਿਖਾਊਂਗੀ ਔਰ ਮੈਂ ਐਗਜੀਬਿਸ਼ਨ ਦੇ ਬਾਰੇ ਦੱਸੂੰਗੀ ਜੋ ਸਾਡੀ ਹੋਟਲ ਖਲੈਰੀਅਨ ਇਹਨਾਂ ਡੇਟ ਹੈਗੀ ਹੈ 13-14 ਸਤੰਬਰ। ਇਹ ਸਾਡੀ ਹੈਗੀ ਹੈ ਫਰਾਈਡੇ ਸੈਟਰਡੇ 10:30 to 7:30 ਦਾ ਟਾਈਮ ਹੋਊਗਾ ਔਰ ਇਹ ਫਸਟ ਫਲੋਰ 'ਤੇ ਯੈਸ ਲੌਂਚ ਉਹਨਾਂ ਦਾ ਇੱਕ ਛੋਟਾ ਜਿਹਾ ਹਾਲ ਹੈ ਉਹਦੇ ਵਿੱਚ ਹੈਗੀ ਹੈ ਸਾਡੀ ਐਗਜੀਬਿਸ਼ਨ। ਯੈਸ ਲੌਂਚ ਫਸਟ ਫਲੋਰ ਹੋਟਲ ਕਲੈਰੀਅਨ ਇਨ ਸਰਹੰਦ ਰੋਡ ਪਟਿਆਲਾ। ਡੇਟਸ 13-14 ਸਤੰਬਰ, ਡੇਟਸ ਨੂੰ ਨੋਟ ਕਰ ਲੈਣਾ। ਅਤੇ ਬਾਕੀ ਜਿਹੜੀਆਂ ਐਗਜੀਬਿਸ਼ਨਸ ਨੇ ਉਹ ਨੈਕਸਟ ਨੇ, ਉਹ ਮੈਂ ਫਿਰ ਦੱਸੂੰਗੀ ਤੁਹਾਨੂੰ। ਜ਼ਿਆਦਾ ਲੰਬੀ ਵੀਡੀਓ ਨੂੰ ਮੈਂ ਨਹੀਂ ਕਰਨਾ ਚਾਹੁੰਦੀ ਅੱਜ। ਅੱਜ ਮੈਂ ਹੈਂਡ ਪੇਂਟ ਕਰਿਆ ਉਹ ਸੂਟ ਦਿਖਾਉਣ ਲੱਗੀ ਹਾਂ। ਹਾਂਜੀ, ਜਿਹੜਾ ਸਭ ਤੋਂ ਪਹਿਲਾਂ ਸੂਟ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਹੈ ਲਵੈਂਡਰ ਕਲਰ ਦੇ ਵਿੱਚ ਸੈਮੀ ਕ੍ਰੇਪ ਦਾ ਸੂਟ ਹੈ ਇਹ। ਇਹਦੇ ਵਿੱਚ ਪੇਂਟ ਕਰੇ ਇਸ ਤਰ੍ਹਾਂ ਕੋਰਨਰ ਬਣਾਇਆ ਮੈਂ ਸਾਈਡ ਤੇ। ਔਰ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਹੈਗੀਆਂ ਇਸ ਤਰ੍ਹਾਂ, ਇਹ ਸਲੀਵਸ ਬਣਾਈਆਂ ਨੇ ਮੈਂ ਲਵੈਂਡਰ ਦੇ ਉੱਤੇ। ਡਾਰਕ ਪਰਪਲ ਕਲਰ ਹੀ ਅਸੀਂ ਲਿਆ ਪੇਂਟਿੰਗ ਦੇ ਵਿੱਚ। ਤੇ ਦੁਪੱਟਾ ਇਹਦਾ ਹੈਗਾ ਪਿਓਰ ਸ਼ਿਫੋਨ ਦਾ। ਮੈਂ ਬਹੁਤ ਦੇਰ ਤੋਂ ਨਾ ਦੁਪੱਟੇ ਡਾਈ ਕਰਵਾ ਕੇ ਰੱਖੇ ਪਏ ਸੀ, ਪੇਂਟ ਹੀ ਨਹੀਂ ਸੀ ਮੈਂ ਕਰ ਪਾ ਰਹੀ। ਹੁਣ ਮੈਂ ਇਹ ਪੇਂਟ ਕਰਵਾ ਕੇ ਨਾਲ ਨਾਲ ਫਿਨਿਸ਼ਿੰਗ ਵੀ ਕਰਵਾ ਕੇ ਰੱਖੀ ਜਾ ਰਹੀ ਹਾਂ। ਦੁਪੱਟੇ ਦੇ ਵਿੱਚ ਮੈਂ ਸਕੈਟਰਡ ਫਲਾਰ ਪੇਂਟ ਕੀਤੇ ਨੇ। ਜਦੋਂ ਮਰਜ਼ੀ ਨਾਲ ਕੰਮ ਕਰੋ ਨਾ ਮੂਡ ਬਹੁਤ ਅੱਛਾ ਬਣਦਾ। ਇਹਦੇ ਵਿੱਚ ਡਬਲ ਲੇਸ ਲਗਾਈ ਹੈ, ਇੱਕ ਇਹ ਪਰਲਸ ਵਾਲੀ ਲੇਸ ਦੀ ਅਸੀਂ ਪਾਈਪਿੰਗ ਦੀ ਤਰ੍ਹਾਂ ਦਿੱਤੀ ਹੈ ਔਰ ਨੀਚੇ ਫਿਨਿਸ਼ਿੰਗ ਅਸੀਂ ਕਿਉਂਕਿ ਗ੍ਰੀਨ ਫਲਾਰ ਨੇ ਤਾਂ ਗ੍ਰੀਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ। ਡਬਲ ਲੇਸ ਲੱਗੀ ਹੈ ਇਹਦੇ ਵਿੱਚ। ਮੈਂ ਲੇਸ ਦੀ ਕੋਸਟ ਤੋਂ ਬਿਨਾਂ ਹੀ ਪ੍ਰਾਈਸਿਸ ਦੱਸੂੰਗੀ। ਇਹ ਸ਼ਿਫੋਨ ਦੇ ਦੁਪੱਟੇ ਨਾਲ ਇਹਦੀ ਕੋਸਟ ਹੈਗੀ ਹੈ 6500। ਲੇਸ ਵਗੈਰਾ ਲਗਾਉਣ ਦੇ ਚਾਰਜਿਸ ਐਕਸਟਰਾ ਹੋਣਗੇ। ਨੈਕਸਟ ਸੂਟ ਹੈ ਮਸਟਰਡ ਕਲਰ ਦਾ। ਇਹਦੇ ਵਿੱਚ ਸਾਈਡ ਪੈਨਲ ਮੈਂ ਪੇਂਟ ਕੀਤਾ। ਇਹਦੀਆਂ ਸਲੀਵਸ ਵੀ ਜਿਹੜੀਆਂ ਬਣਾਈਆਂ ਉਹ ਵੀ ਥੋੜੀਆਂ ਲੰਬੀਆਂ ਬਣਾਈਆਂ ਨੇ। ਦੁਪੱਟਾ ਇਹਦੇ ਨਾਲ ਔਰਗੈਂਜ਼ਾ ਦਾ ਰੈਡੀ ਕੀਤਾ।
ਦੋਨੋ ਸਾਈਡ ਫਰੋਜ਼ੀ ਕਲਰ ਹੈ ਔਰ ਸੈਂਟਰ 'ਚ ਮਸਟਰਡ ਕਲਰ ਹੈ ਅਤੇ ਇਹਦੇ ਵਿੱਚ ਫਰੋਜ਼ੀ ਔਰ ਪਿੰਕ ਫਲਾਰ ਪਾਏ ਨੇ। ਔਰ ਮਿਲਦੇ ਜੁਲਦੇ ਕਲਰ ਦੀ ਅਸੀਂ ਲੇਸ ਲਗਾਈ ਹੈ। ਵਿਦਆਊਟ ਲੇਸ ਔਰਗੈਂਜ਼ਾ ਦੇ ਦੁਪੱਟੇ ਦੇ ਨਾਲ ਇਹਦੀ ਕੋਸਟ ਹੈਗੀ ਹੈ 6500। ਔਰਗੈਂਜ਼ਾ ਦੀ ਜਗ੍ਹਾ ਅਗਰ ਆਪਾਂ ਚਨੌਨ ਸ਼ਿਫੋਨ ਦੇ ਨਾਲ ਬਣਾਉਂਦੇ ਹਾਂ ਤਾਂ ਇਹਨਾਂ ਦੀ ਕੋਸਟ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ 7000। ਨੈਕਸਟ ਸੂਟ ਹੈ ਸਾਡਾ ਇਹ ਬੇਜ ਕਲਰ ਦੇ ਵਿੱਚ, ਇੱਕੋ ਹੀ ਸੂਟ ਹੈ। ਇਹਨੂੰ ਆਪਾਂ ਸੈਮੀ ਕਰੇਪ ਚੌਰਚਟ ਕਿਸੇ 'ਤੇ ਵੀ ਬਣਾ ਸਕਦੇ ਹਾਂ, ਲੇਕਿਨ ਜੇ ਤੁਸੀਂ ਇਹ ਕੋਟਨ ਵਾਲਾ 2x2 ਦੇ ਵਿੱਚ ਬਣਿਆ ਹੋਇਆ ਸਿੰਗਲ ਸੂਟ ਹੈ। ਇਹਦੇ ਵਿੱਚ ਇੱਦਾਂ ਨੀਚੇ ਡਿਜ਼ਾਈਨ ਥੋੜ੍ਹਾ ਰਾਊਂਡ ਸ਼ੇਪ 'ਚ ਬਣਾਇਆ ਔਰ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਹੈਗੀਆਂ ਨੇ ਇਸ ਤਰ੍ਹਾਂ। ਦੁਪੱਟਾ ਪਿਓਰ ਔਰਗੈਂਜ਼ਾ, ਦੁਪੱਟੇ ਸਾਰੇ ਪਿਓਰ ਹੀ ਹੁੰਦੇ ਨੇ, ਚਾਹੇ ਔਰਗੈਂਜ਼ਾ ਹੋਵੇ ਚਾਹੇ ਹੋਵੇ ਚਨੌਨ ਸ਼ਿਫੋਨ ਜਾਂ ਸ਼ਿਫੋਨ, ਜਿੱਥੇ ਸੈਮੀ ਹੋਊਗਾ ਮੈਂ ਬੋਲ ਕੇ ਦੱਸਦੀ ਹਾਂ। ਦੁਪੱਟਾ ਇਸ ਤਰ੍ਹਾਂ ਬਣਿਆ ਇਹ, ਇਹਦੇ ਵਿੱਚ ਨੀਚੇ ਰਾਊਂਡ ਸ਼ੇਪ ਦੇ ਵਿੱਚ ਪੇਂਟਿੰਗ ਹੈ। ਔਰ ਇੱਥੇ ਇਸ ਤਰ੍ਹਾਂ ਇਹ ਗਲੇ ਕੋਲ ਆ ਜਾਂਦਾ। ਸੇਮ ਮੈਚਿੰਗ ਹੀ ਅਸੀਂ ਲੇਸ ਲਗਾਈ ਹੈ, ਕਾਫੀ ਹੱਦ ਤੱਕ ਮਿਲਦੀ ਜੁਲਦੀ। ਫਿਨਿਸ਼ਿੰਗ ਤੋਂ ਬਾਅਦ ਦੁਪੱਟਾ ਥੋੜ੍ਹਾ ਸੋਹਣਾ ਲੱਗਣ ਲੱਗ ਜਾਂਦਾ, ਇਸ ਲਈ ਮੈਂ ਫਿਨਿਸ਼ਿੰਗ ਕਰਕੇ ਹੀ ਇਸ ਵਾਰ ਵੀਡੀਓ ਬਣਾ ਰਹੀ ਹਾਂ। ਇਹ ਪਿਓਰ ਔਰਗੈਂਜ਼ਾ ਦੇ ਨਾਲ ਵਿਦਆਊਟ ਲੇਸ, ਇਹਦੀ ਵੀ ਕੋਸਟ 6500 ਹੈ। ਨੈਕਸਟ ਸੂਟ ਫਿਰ ਕੋਟਨ ਦੇ ਵਿੱਚ ਮੇਰੇ ਪਾਸ ਇੱਕੋ ਹੀ ਹੈ ਸੂਟ, ਬਾਕੀ ਜੋਰਜਟ ਕਰੇਪ ਕਿਸੇ 'ਚ ਵੀ ਬਣਾ ਸਕਦੇ ਹਾਂ, 2x2 ਮਿਲ ਨਹੀਂ ਰਿਹਾ ਤਾਂ ਕਰਕੇ ਮੈਂ ਇੱਕੋ ਹੀ ਕਹਿੰਦੀ ਹਾਂ। ਅਤੇ ਇਹ ਸੂਟ ਦੇ ਵਿੱਚ ਵੀ ਮੈਂ ਕੋਰਨਰ ਬਣਾਇਆ ਛੋਟਾ ਜਿਹਾ। ਹਰ ਫਲਾਰ ਦੇ ਵਿੱਚ ਮੈਂ ਕੁਛ ਨਾ ਕੁਛ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਆਰਡਰ ਕਰਦੇ ਹੋ ਮੈਂ ਉਹ 'ਚ ਵੀ ਚਾਹੁੰਦੀ ਹਾਂ ਕਿ ਮੈਂ ਮਰਜ਼ੀ ਨਾਲ ਪੇਂਟ ਕਰਾਂ, ਥੋੜ੍ਹਾ ਮਨ ਲੱਗਦਾ ਪੇਂਟਿੰਗ ਦੇ ਵਿੱਚ। ਕਈ ਵਾਰ ਕੋਈ ਕਹਿੰਦਾ ਐਗਜੈਕਟ ਸੇਮ ਕਿ ਇਹ ਫੁੱਲ ਇੱਥੇ ਵੀ ਹੋ ਸਕਦਾ ਇੱਥੇ ਵੀ, ਕਿਉਂਕਿ ਮੈਂ ਟਰੇਸ ਤਾਂ ਕਰਦੀ ਨਹੀਂ, ਐਜ਼ ਇਟ ਇਜ਼ ਹੀ ਪੇਂਟ ਕਰਨ ਲੱਗ ਜਾਂਦੀ ਹੁੰਦੀ ਹਾਂ, ਤਾਂ ਉਹ ਮੈਂ ਸੋਹਣਾ ਹੀ ਬਣਾ ਕੇ ਦਊਂਗੀ। ਬਸ ਮੈਨੂੰ ਇਹ ਵੀ ਇੱਦਾਂ ਮਿਲਦਾ ਜੁਲਦਾ ਡਿਜ਼ਾਇਨ ਤੁਹਾਨੂੰ ਚਾਹੀਦਾ ਉਹ ਬਣ ਜਾਏਗਾ। ਇਹ ਸਲੀਵਸ ਨੇ, ਇਹਦੇ ਵਿੱਚ ਮਸਟਰਡ ਪਿੰਕ ਪਰਪਲ ਗ੍ਰੀਨ ਵਾਈਟ ਇਹ 5 ਰੰਗ ਯੂਜ ਕੀਤੇ ਨੇ ਮੈਂ। ਦੁਪੱਟਾ ਇਹਦਾ ਚਨੌਨ ਸ਼ਿਫੋਨ ਦਾ, ਇਹਦੇ ਦੁਪੱਟੇ 'ਚ ਵੀ ਮੈਂ ਸਕੈਟਰਡ ਬੰਚ ਪਾਏ ਨੇ।
ਸੇਮ ਬੰਚ ਪੂਰੇ ਦੁਪੱਟੇ 'ਚ ਨੇ। ਔਰ ਸਾਈਡ ਤੇ ਸੇਮ ਕਲਰ ਦੀ ਇਹਦੇ ਤੇ ਵੀ ਲੇਸ ਲਗਵਾਈ ਹੈ। ਇਹਨੂੰ ਵੀ ਜਾਰਜਟ ਕਰੇਪ ਕਿਸੇ ਵੀ ਫੈਬਰਿਕ 'ਚ ਬਣਵਾ ਸਕਦੇ ਹੋ, ਪਰ ਇਹ 2x2 ਦੇ ਵਿੱਚ ਇੱਕ ਹੀ ਸੂਟ ਅਵੇਲੇਬਲ ਹੈ ਵਿਦਆਊਟ ਲੇਸ। ਇਹਦੀ ਕੋਸਟ 7000 ਹੁੰਦੀ ਹੈ। ਪੇਂਟਿੰਗ ਵਾਲੇ ਸੂਟ ਦੀ ਮੇਰੀ ਜ਼ਿਆਦਾਤਰ ਕੋਸਟ ਫਿਕਸ ਹੀ ਰਹਿੰਦੀ ਹੈ, ਚਨੋਨ ਸ਼ਵਾਨ ਦੇ ਨਾਲ 7000 ਔਰਗੈਂਜ਼ਾ ਜਾਂ ਪਿਓਰ ਸ਼ਿਫੋਨ ਦੇ ਨਾਲ 6500 ਲੇਸ ਵਗੈਰਾ ਦੇ ਐਕਸਟਰਾ। ਔਰ ਪਿਓਰ ਕਰੇਪ ਦੇ ਵਿੱਚ ਵੱਧ ਜਾਣਗੇ, ਜਾਰਜਟ ਔਰ ਸੈਮੀ ਕਰੇਪ 'ਚ ਸੇਮ ਪ੍ਰਾਈਸ ਹੁੰਦੇ ਨੇ। ਇਹ ਤੁਸੀਂ ਇਹ ਸੂਟ ਵੀ ਬਾਏ ਕਰ ਸਕਦੇ ਹੋ, ਆਰਡਰ ਵੀ ਕਰ ਸਕਦੇ ਹੋ। ਹਾਂਜੀ, ਨੈਕਸਟ ਸੂਟ ਫਿਰ ਲਵੈਂਡਰ ਕਲਰ ਦੇ ਵਿੱਚ ਹੈ। ਇਹਦੇ ਵਿੱਚ ਮੈਂ ਨੀਚੇ ਬੰਚ ਬਣਾਇਆ, ਔਰ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਹੈਗੀਆਂ ਇਸ ਤਰ੍ਹਾਂ। ਔਰ ਇਹਦਾ ਦੁਪੱਟਾ 2.5 ਐਂਡ 2.5 ਦੇ ਵਿੱਚ ਡਾਈ ਕਰਾਇਆ ਸੀ, ਉਹਦੇ ਵਿੱਚ ਮੈਂ ਪੇਂਟ ਨਹੀਂ ਕੀਤਾ, ਸਾਰੇ ਕਲਰ ਪਾ ਕੇ 2.5 ਐਂਡ 2.5 ਕਰਾ। ਕਈ ਵਾਰੀ ਕੋਈ ਹਲਕਾ ਦੁਪੱਟਾ ਲੈਣਾ ਚਾਹੁੰਦਾ ਸੋਫਟ ਸੋਫਟ, ਤਾਂ ਉਹ 2.5 ਐਂਡ 2.5 ਦੇ ਵਿੱਚ ਬਣ ਜਾਂਦਾ। ਚਨੋਨ ਸ਼ਿਫੋਨ ਦੇ ਦੁਪੱਟੇ ਦੇ ਨਾਲ ਇਹਦੀ ਕੋਸਟ ਜਿਹੜੀ ਹੈਗੀ ਹੈ ਉਹ ਹੈਗੀ ਆ 6500। ਪੇਂਟ ਨਾਲ ਹੁੰਦਾ ਤਾਂ 7000 ਹੁੰਦੀ, 2.5 ਐਂਡ 2.5 ਦੇ ਨਾਲ ਇਹਦੀ ਕੋਸਟ ਹੈ 6500। ਹਾਂਜੀ, ਨੈਕਸਟ ਸੂਟ ਹੈ ਪਿੰਕਿਸ਼ ਜਿਹਾ ਅਨੀਅਨ ਕਲਰ ਹੈ। ਇਹਦੇ ਵਿੱਚ ਮੈਂ ਸਾਈਡ 'ਤੇ ਫਲਾਰ ਪਾਏ ਨੇ, ਰੋਜ਼ ਨੂੰ ਬਿਲਕੁਲ ਖਤਮ ਕਰਤਾ ਇਸ ਪੇਂਟਿੰਗ ਦੇ ਵਿੱਚ, ਮੈਂ ਡਿਫਰੈਂਟ ਫਲਾਰ ਬਣਾਏ ਨੇ। ਔਰ ਇਹਦੀ ਜਿਹੜੀਆਂ ਸਲੀਵਸ ਨੇ ਉਹ ਹੈਗੀਆਂ ਨੇ ਇਸ ਤਰ੍ਹਾਂ, ਸਲੀਵਸ 'ਤੇ ਵਾਈਟ ਫਲਾਰ ਬਣਾਏ। ਦੁਪੱਟਾ ਇਹਦਾ ਪਿਓਰ ਔਰਗੈਂਜ਼ਾ ਦਾ ਕਿਉਂਕਿ ਹਾਲੇ ਪੇਂਟ ਹੋਇਆ ਹੀ ਸੀ, ਇਹਦੀ ਫਿਨਿਸ਼ਿੰਗ ਰਹਿੰਦੀ ਹੈ। ਤੇ ਇਸ ਤਰ੍ਹਾਂ ਨੀਚੇ ਪੱਲੇ ਥੋੜ੍ਹਾ ਖੋਲ ਕੇ ਦਿਖਾਉਣਾ ਪੈਣਾ, ਨੀਚੇ ਪੱਲੇ ਨੇ ਔਰ ਇਹਦੇ ਵਿੱਚ ਥੋੜ੍ਹਾ ਜਿਹਾ ਖਿਲੇ ਹੋਏ ਫਲਾਰ, ਸੈਂਟਰ 'ਚ ਵੀ ਥੋੜ੍ਹੇ ਜਿਹੇ ਫਲਾਰ ਪਾ ਦਿੱਤੇ। ਇਹ ਵੀ ਪਿਓਰ ਔਰਗੈਂਜ਼ਾ ਦਾ ਦੁਪੱਟਾ, ਪੇਂਟਿੰਗ ਔਰਗੈਂਜ਼ਾ ਤੇ ਬਹੁਤ ਸੋਹਣੀ ਲੱਗਦੀ ਹੈ, ਤਾਂ ਮੈਂ ਕਾਫੀ ਦੁਪੱਟੇ ਔਰਗੈਂਜ਼ਾ ਦੇ ਬਣਾਉਂਦੀ ਹਾਂ। ਇੱਕ ਇਹ ਸੂਟ ਹੈ, ਇਹਦੀ ਵੀ ਕੋਸਟ ਔਰਗੈਂਜ਼ਾ ਦੇ ਦੁਪੱਟੇ ਨਾਲ ਵਿਦਆਊਟ ਲੇਸ ਹੈਗੀ ਹੈ 6500। ਇਹ ਪਿੰਕਿਸ਼ ਜਿਹਾ ਪੀਚ ਕਲਰ ਹੈ। ਹਾਂਜੀ, ਲਾਸਟ ਦੇ ਵਿੱਚ ਮੈਂ ਤੁਹਾਨੂੰ ਸਿਰਫ ਦੁਪੱਟਾ ਦਿਖਾ ਰਹੀ ਹਾਂ ਪਿਓਰ ਔਰਗੈਂਜ਼ਾ ਦਾ।
ਇਹ ਜੋ ਹੈ ਕੰਮ ਇੱਥੇ ਗਲੇ 'ਤੇ ਆਏਗਾ ਇਸ ਤਰ੍ਹਾਂ। ਔਰ ਨੀਚੇ ਬੰਚ ਆ ਜਾਣਗੇ। ਇਹ ਪਲੇਨ ਸੂਟ ਦੇ ਨਾਲ ਮੈਂ ਦੁਪੱਟਾ ਰੈਡੀ ਕਰਿਆ। ਇਹਦੇ ਵਿੱਚ ਕਾਫੀ ਹੈਵੀ ਹਾਈਲਾਈਟਿੰਗ ਕਰਵਾਈ ਹੈ ਅਸੀਂ ਹੈਂਡ ਵਰਕ ਦੇ ਨਾਲ। ਫਿਰ ਇਹ ਪਾਰਟੀ ਵੀਅਰ ਬਣ ਜਾਂਦਾ ਸੂਟ। ਪਿਓਰ ਔਰਗੈਂਜ਼ਾ ਦਾ ਦੁਪੱਟਾ, ਇਹਦੇ ਵਿੱਚ ਅਸੀਂ ਬੈਕ ਸਾਈਡ 'ਤੇ ਪਿਓਰ ਟਿਸ਼ੂ ਲਗਾਇਆ, ਜਿਵੇਂ ਮੈਂ ਇਹਦੇ ਨਾਲ ਪਿਓਰ ਦਾ ਸੂਟ ਰੱਖਿਆ ਪਲੇਨ, ਔਰ ਇਕੱਲਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ। ਪਿਓਰ ਟਿਸ਼ੂ ਲਗਵਾ ਕੇ ਦੂਸਰੀ ਸਾਈਡ ਮੈਂ ਗੋਟੇ ਦੀਆਂ ਨਾ ਲਾਈਨਾਂ ਜਿਹੀਆਂ ਪਵਾਤੀਆਂ, ਉਹਦੇ ਨਾਲ ਥੋੜ੍ਹਾ ਹੋਰ ਸੋਹਣਾ ਲੱਗਦਾ। ਚਾਹੀਏ ਤਾਂ ਆਪਾਂ ਇਹਨੂੰ ਇਹਦੇ ਵਿੱਚ ਕੱਟ ਵਰਕ ਵੀ ਪਿੰਕ ਕਲਰ 'ਚ ਕਰਵਾ ਸਕਦੇ ਹਾਂ। ਇਹ ਦੁਪੱਟਾ ਇੱਕ ਇੱਕ ਸੈਂਪਲ ਦੀ ਤਰ੍ਹਾਂ ਮੈਂ ਰੈਡੀ ਕਰ ਲਿਆ, ਬਣ ਜਾਣਗੇ ਹੋਰ। ਇਹਦੀ ਕੋਸਟ 18,000 ਤੱਕ ਜਾਊਗੀ, ਕਿਉਂਕਿ ਇਹਦੇ 'ਤੇ ਕੰਮ ਬਹੁਤ ਜ਼ਿਆਦਾ ਹੋ ਗਿਆ। ਪੇਂਟ ਤੋਂ ਇਲਾਵਾ ਇਹਦੇ ਵਿੱਚ ਹਾਈਲਾਈਟਿੰਗ ਹੋਊਗੀ ਅਤੇ ਕੋਸਟ ਵੀ ਉਸੇ ਹੈਵੀ ਹੋ ਜਾਂਦੀ ਆ। ਇਹ ਵਾਲਾ ਸੂਟ ਜਿਹੜਾ ਹੈਗਾ ਗੋਲਡਨ ਕਲਰ ਹੈ, ਲਾਈਟ ਜਿਹਾ ਗੋਲਡਨ ਕਲਰ 'ਚ ਰੈਡੀ ਹੋਇਆ। ਇਸ ਦੇ ਨਾਲ ਹੀ ਮੈਂ ਇਸ ਵੀਡੀਓ ਦਾ ਐਂਡ ਕਰਦੀ ਹਾਂ। ਹੋਪ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਪਸੰਦ ਆਈ ਹੋ। ਅਗਰ ਪਸੰਦ ਆਉਂਦੀ ਹੈ ਤਾਂ ਸਕਰੀਨਸ਼ਾਟ ਭੇਜ ਦੇਣਾ ਤੁਸੀਂ। ਸਿਮਿਲਰ ਡਿਜ਼ਾਈਨ ਬਣ ਜਾਣਗੇ, ਐਗਜੈਕਟ ਸੇਮ ਮੈਥੋਂ ਕਦੇ ਨਹੀਂ ਬਣਦੇ, ਕਿਉਂਕਿ ਮੈਂ ਜਦੋਂ ਪੇਂਟ ਕਰਦੀ ਹਾਂ ਬਸ ਆਪਣੀ ਇਮੈਜੀਨੇਸ਼ਨ ਨਾਲ ਹੀ ਮੈਂ ਪੇਂਟਿੰਗ ਕਰਨੀ ਹੁੰਦੀ ਹੈ ਕਿ ਇੱਥੇ ਫਲਾਰ ਪਾ ਦਿਉ, ਇੱਥੇ ਪਾ ਦਿਉ, ਤਾਂ ਉਹ ਬਣ ਜਾਏਗਾ ਸੇਮ। ਵੈਸੇ ਤਾਂ ਤੁਸੀਂ ਦੇਖੋਗੇ ਜੋ ਪਹਿਲਾਂ ਵੀ ਪੇਂਟ ਕਰਦੀ ਸੀ ਸੇਮ ਸੇਮ ਹੀ ਫਲਾਰ ਬਣਾਏ ਹੋਏ ਨੇ ਪੇਂਟਿੰਗ ਦੇ ਵਿੱਚ। ਇਹ ਹੈ ਵੀ ਫਲਾਰ ਇੱਥੇ ਵਾਲਾ ਇੱਥੇ ਹੋ ਸਕਦਾ, ਥੋੜ੍ਹਾ ਬਹੁਤ ਫਰਕ। ਮੈਂ ਹੋਰ ਵੀ ਕੁਛ ਪੇਂਟਿੰਗ ਚੱਲ ਰਹੀ ਹੈ, ਨੈਕਸਟ ਵੀਡੀਓ 'ਚ ਵੀ ਮੇਰੇ ਖਿਆਲ 'ਚ ਮੈਂ ਪੇਂਟਿੰਗ ਦੇ ਹੀ ਸੂਟ ਦਿਖਾਉਂਗੀ ਤੁਹਾਨੂੰ। ਕੋਸ਼ਿਸ਼ ਹੈ, ਹੋਰ ਨਹੀਂ ਤਾਂ 4-5 ਸੂਟ ਤਾਂ ਬਣ ਹੀ ਜਾਣਗੇ ਉਦੋਂ ਤੱਕ। ਉਨੇ ਕੁ ਹੀ ਸੂਟ ਦਿਖਾਉਣੇ ਹੁੰਦੇ ਆ, ਜ਼ਿਆਦਾ ਮੇਰੇ ਤੋਂ ਪੇਂਟਿੰਗ ਹੁੰਦੀ ਵੀ ਨਹੀਂ। ਅਤੇ ਬਾਕੀ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ 'ਚ ਬਣਵਾ ਸਕਦੇ ਹੋ, ਜਿਸ ਕਲਰ 'ਚ ਤੁਸੀਂ ਪਸੰਦ ਕਰਦੇ ਹੋ। ਆਹ ਵਾਲਾ ਕਲਰ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਮੈਨੂੰ, ਵੈਸੇ ਅਨੀਅਨ ਪਿੰਕ ਜੋ ਪਿੰਕਿਸ਼ ਟੋਨ 'ਚ ਹੈ, ਉਹ ਵੀ ਪੀਚਿਸ਼ ਪਿੰਕ ਜਿਹਾ ਟੋਨ ਹੈ, ਉਹ ਵੀ ਬਹੁਤ ਸੋਹਣਾ ਲੱਗਿਆ। ਸਾਰੇ ਹੀ ਆਪਣੀ ਵੱਲੋਂ ਮੈਂ ਆਪਣੇ ਫੇਵਰੇਟ ਕਲਰ ਬਣਾਏ ਨੇ ਵੀ ਸੋਹਣੇ ਲੱਗਣ। ਮਸਟਰਡ ਕਲਰ ਇਸ ਲਈ ਬਣਾਇਆ ਕਿਉਂਕਿ ਹਲਦੀ ਲਈ ਬਹੁਤ ਜ਼ਿਆਦਾ ਡਿਮਾਂਡ 'ਚ ਰਹਿੰਦਾ, ਅਤੇ ਉਹ ਤਾਂ ਬਣਾਉਣਾ ਹੀ ਹੁੰਦਾ ਅਸੀਂ। ਬਾਕੀ ਵੀਡੀਓ ਪਸੰਦ ਆਉਂਦੀ ਹੈ ਤਾਂ ਜ਼ਰੂਰ ਮੇਰੇ ਸ਼ੇਅਰ ਵੀ ਕਰ ਦਿਆ ਕਰੋ। ਬਾਕੀ ਐਗਜੀਬਿਸ਼ਨ ਜ਼ਰੂਰ ਧਿਆਨ 'ਚ ਰੱਖਣਾ ਕਿ ਸਾਡੀ ਹੁਣ ਬਸ ਕਮਿੰਗ ਫਰਾਈਡੇ ਸਾਡੀ ਐਗਜੀਬਿਸ਼ਨ ਹੈ ਹੋਟਲ ਕਲੈਰੀਅਨ ਇਨ, ਯੈਸ ਲੌਂਚ ਫਸਟ ਫਲੋਰ 'ਤੇ ਹੈ ਹੋਟਲ ਕਲੈਰੀਅਨ ਇਨ ਸਰਹੰਦ ਰੋਡ ਪਟਿਆਲਾ। ਡੇਟਸ ਨੇ 13-14 ਸਤੰਬਰ, ਡੇਟਸ ਨੋਟ ਕਰ ਲੈਣਾ। ਬਸ ਅਸੀਂ ਆ ਰਹੇ ਹਾਂ 3-4 ਦਿਨ ਤੱਕ, ਮਿਲਦੇ ਹਾਂ ਆਪਾਂ ਪਟਿਆਲੇ ਸਾਰਿਆਂ ਨੂੰ, ਅਤੇ ਨੈਕਸਟ ਵੀਡੀਓ 'ਚ ਵੀ ਮਿਲਾਂਗੇ। ਥੈਂਕ ਯੂ ਸੋ ਮੱਚ।